20,000 ਰੁਪਿਆ ਜਿੱਥੇ ਵੀ ਮੈਂ ਜਾਂਦੀ ਹਾਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1,000 ਰੁਪਿਆ ਕਦ ਲਾਗੂ ਕਰੂਗੀ। ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸੀ ਸਾਲ ਦੇ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1,000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ। ਤੇ ਲੇਡੀਜ਼ ਇਸ ਗੱਲੋਂ ਨਾ ਪਿੱਛੇ ਰਹੋ ਕਿ 1,000 ਨਹੀਂ ਮਿਲਿਆ, ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਨਗੇ। ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ, ਧੂਰੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ। ਟਾਈਮ ਜ਼ਰੂਰ ਲੱਗਦਾ, ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ ਦਾ ਕਰਕੇ ਦਿਖਾਤੇ। ਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ, ਤੁਸੀਂ ਬਹੁਤ ਚਾਂਸ ਦੇ ਕੇ ਉਹਨਾਂ ਨੂੰ ਦੇਖ ਲਏ, ਬਹੁਤ ਵਾਰ ਤੁਸੀਂ ਜਿਤਾਇਆ। ਜਿਵੇਂ ਅਰਵਿੰਦ ਖੰਨਾ ਜੀ ਦੀ ਵੀ ਗੱਲ ਆਉਂਦੀ ਹੈ, ਤੁਸੀਂ ਉਹਨਾਂ ਨੂੰ 2012 ਚ ਇੱਥੋਂ ਜਿਤਾ ਕੇ ਭੇਜਿਆ ਜਦਕਿ ਉਹ ਤੁਹਾਡਾ ਸਾਥ ਛੱਡ ਕੇ ਇੱਥੋਂ ਭੱਜ ਗਏ। ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ, ਇਸ ਵਾਰ ਤੁਸੀਂ ਉਹਨਾਂ ਨੂੰ ਭਜਾ ਦਿਓ, ਤੁਸੀਂ ਉਹਨਾਂ ਨੂੰ ਵੜਨ ਨਾ ਦਿਓ ਜੀ। ਇੱਥੇ ਅਸੀਂ ਤੁਹਾਡੇ ਵਰਗਿਆਂ ਨੂੰ ਤੁਹਾਡੇ ਵਿੱਚ ਰਹਾਂਗੇ, ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ। ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ 1 ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਇੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਥੇਰ ਜੀ ਨੂੰ ਜਿਤਾਓ ਜੀ, ਤੇ ਧੂਰੀ ਦੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ, ਇਹ ਅਸੀਂ ਆਸ ਕਰਦੇ ਹਾਂ। ਜੇ ਸਰਕਾਰ ਗ੍ਰਾਂਟਾਂ ਤੋਂ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤਾਂ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਇਓ ਜੀ, ਹਨਾ। ਇਹੀ ਆਸ ਹੈ, ਇਹੀ ਉਮੀਦ ਹੈ। ਤੇ ਜੇ ਆਪਣੇ ਸੈਂਟਰ ਚ ਨੁਮਾਇੰਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ, ਹੋਰ ਪ੍ਰੋਜੈਕਟ ਹੋਣਗੇ ਧੂਰੀ ਲਈ, ਤੇ ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ, ਮਾਵਾਂ ਤੋਂ ਵੀ, ਕਿ ਵੱਧ ਤੋਂ ਵੱਧ ਵੋਟਾਂ ਪਾਇਓ ਤੇ ਘਰੇ ਨਹੀਂ ਰਹਿਣਾ 1 ਤਰੀਕ ਨੂੰ ਕਿਸੇ ਨੇ ਵੀ। ਇਹ ਨਾ ਕਿ ਉਹ ਗਰਮੀ ਬਹੁਤ ਹੈ, ਨਿਕਲਿਆ ਨਹੀਂ ਜਾਂਦਾ, ਬੱਚੇ ਪਰੇਸ਼ਾਨ ਕਰਦੇ ਨੇ। ਤੁਸੀਂ ਸਾਰੇ ਜਾ ਕੇ ਆਪਣੇ ਇੱਕ ਇੱਕ ਵੋਟ ਪਾ ਕੇ ਆਇਓ ਜੀ, ਤੁਹਾਡੀ ਵੋਟ ਇਤਿਹਾਸ ਬਦਲਦੀ ਹੈ। ਲੇਡੀਜ਼ ਦੀ ਵੋਟ ਤਾਂ ਸਪੈਸ਼ਲ, ਬੰਦੇ ਤਾਂ ਇੱਧਰ ਉੱਧਰ ਹੋ ਜਾਂਦੇ ਨੇ, ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ, ਕਿਹੜਾ ਬੰਦਾ ਕੰਮ ਕਰ ਰਿਹਾ, ਠੀਕ ਹੈ। ਸੋ ਤੁਹਾਡੀ ਵੋਟ ਬਹੁਤ ਮਾਇਨੇ ਰੱਖਦੀ ਹੈ, ਤੇ ਤੁਸੀਂ ਜ਼ਰੂਰ ਵੋਟ ਪਾ ਕੇ ਆਇਓ। ਤੇ ਜਿਹੜੀ ਇੱਕ ਗੱਲ ਆਉਂਦੀ ਹੈ ਕਿ ਲੇਡੀਜ਼ ਦਾ 1,000 ਰੁਪਿਆ, ਜਿੱਥੇ ਵੀ ਮੈਂ ਜਾਂਦੀ ਹਾਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1,000 ਰੁਪਿਆ ਕਦ ਲਾਗੂ ਕਰੂਗੀ। ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸੀ ਸਾਲ ਦੇ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1,000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ। ਤੇ ਲੇਡੀਜ਼ ਇਸ ਗੱਲੋਂ ਨਾ ਪਿੱਛੇ ਰਹੋ ਕਿ 1,000 ਨਹੀਂ ਮਿਲਿਆ, ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਨਗੇ। ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ, ਧੂਰੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ। ਟਾਈਮ ਜ਼ਰੂਰ ਲੱਗਦਾ, ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ ਦਾ ਕਰਕੇ ਦਿਖਾਤੇ।